ਦੋਸਤੋ ਹੁਣ ਅਸੀਂ ਤੁਹਾਡੀ ਮੁਲਾਕਾਤ ਪ੍ਰੋਫੈਸਰ ਪ੍ਰੇਮਪਾਲ ਸ਼ਰਮਾ ਜੀ ਨਾਲ ਕਰਵਾ ਰਹੇ ਹਾਂ ਜੋ ਕਿ ਇੰਗਲੈਂਡ ਵਿਖੇ ਡਾਇਰੈਕਟਰ ਨੇ NRI ਐਡਵਾਈਜ਼ਰੀ ਸਰਵਿਸਿਸ। ਪ੍ਰੋਫੈਸਰ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ, ਤੁਸੀਂ ਲੀਗਲੀ ਜਿਹੜਾ ਹੈਗਾ ਬਹੁਤ ਤੁਹਾਡੀ ਸੋਲਿਡ ਬੈਕਗਰਾਊਂਡ ਹੈਗੀ ਆ, ਇਹ ਜਿਹੜਾ ਹੈਗਾ ਪਰਸਨਲ ਪ੍ਰੋਫਾਈਲ ਤੁਹਾਡਾ ਕੀ ਹੈਗਾ, ਕਿੱਥੋਂ ਤੁਸੀਂ, ਪਿੰਡ ਸ਼ਹਿਰ ਤੁਹਾਡਾ ਕਿਹੜਾ, ਕਿੱਥੋਂ ਪੜ੍ਹੇ ਅਤੇ ਇੰਗਲੈਂਡ ਕਿਵੇਂ ਪਹੁੰਚੇ? ਮੈਂ ਪ੍ਰੋਫੈਸਰ ਪ੍ਰੇਮਪਾਲ ਸ਼ਰਮਾ ਤਾਂ ਮੇਰਾ ਚਲੋ ਬਾਅਦ 'ਚ ਬਣਿਆ, ਮੈਂ ਲੜੋਈ ਪਿੰਡ 'ਚ ਪੈਦਾ ਹੋਇਆ। ਹਾਂਜੀ, ਉੱਥੋਂ ਮੈਂ ਗੌਰਮੈਂਟ ਹਾਈ ਸਕੂਲ ਭੋਗਪੁਰ ਤੋਂ ਮੈਟ੍ਰਿਕ ਕੀਤੀ। ਅੱਛਾ। ਅਤੇ ਉਸ ਤੋਂ ਬਾਅਦ ਮੈਂ BA ਕੀਤੀ ਗੌਰਮੈਂਟ ਕਾਲਜ ਟਾਂਡੇ ਤੋਂ। ਹਾਂਜੀ। ਉਸ ਤੋਂ ਬਾਅਦ ਫਿਰ LLB ਕੀਤੀ, ਮੈਂ LLM ਕੀਤੀ। ਉਸ ਤੋਂ ਬਾਅਦ ਫਿਰ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਲਾਅ ਕਾਲਜ 'ਚ। ਹਾਂਜੀ। ਇੱਥੋਂ ਫਿਰ ਮੈਂ ਰਿਸਰਚ ਵਾਸਤੇ ਇੰਗਲੈਂਡ ਗਿਆ, ਯੂਨੀਵਰਸਿਟੀ ਕਾਲਜ ਲੰਡਨ 'ਚ ਪੜ੍ਹਨ ਵਾਸਤੇ। ਕਿਹੜੇ ਕਿਹੜੇ ਸਾਲ ਦੀ ਗੱਲ ਹੈ ਜਾਂਦਾ ਉਦੋਂ? ਇਹ 78 ਦੀ। 78 ਦੀ। ਅੱਛਾ, ਉਦੋਂ ਤਾਂ ਵੈਸੇ ਬਹੁਤ ਘੱਟ ਜਾਂਦੇ ਹੋਣੇ ਆ ਨਾ ਇੰਗਲੈਂਡ ਤੋਂ। ਹਾਂਜੀ, ਮੈਂ ਵੈਸੇ ਮੈਨੂੰ ਇਹਨਾਂ ਨੇ ਸਕਾਲਰਸ਼ਿਪ ਦਿੱਤਾ ਸੀ ਪੰਜਾਬ ਯੂਨੀਵਰਸਿਟੀ ਨੇ। ਅੱਛਾ ਜੀ। ਕਾਮਰਾਲ ਸਕਾਲਰਸ਼ਿਪ, ਉਹਦੇ ਬੇਸ 'ਤੇ ਮੈਂ ਉੱਥੇ ਚਲਾ ਗਿਆ। ਹਾਂਜੀ ਹਾਂਜੀ। ਅਤੇ ਉਸ ਤੋਂ ਬਾਅਦ ਫਿਰ ਨੈਚੁਰਲੀ ਫਿਰ ਮੈਰਿਜ ਹੋ ਗਈ। ਹਾਂਜੀ। ਅਤੇ ਮੈਰਿਜ ਹੋਣ ਤੋਂ ਬਾਅਦ ਫਿਰ ਜੋਬ 'ਚ ਲੱਗ ਗਈਆਂ। ਸਟਾਰਟਿੰਗ ਮੇਰੀ ਜਿਹੜੀ ਸੀ ਜੋਬ ਉਹ ਸੀ ਲਾਅ ਸੈਂਟਰ 'ਚ। ਫਿਰ ਮੈਂ ਇੰਡੀਅਨ ਵਰਕਰਸ ਐਸੋਸੀਏਸ਼ਨ ਸਾਊਥ ਵਾਲ ਜਿਹੜੀ ਆ ਉਹ, ਜਦਕਿ ਬਹੁਤ ਇੱਕ ਸਟਰੋਂਗ ਔਰਗਨਾਈਜੇਸ਼ਨ ਸੀ ਉਸ ਟਾਈਮ 'ਤੇ, ਅਤੇ ਮਿਸਟਰ ਪੈਰਾ ਸਿੰਘ ਖਾਬੜਾ ਜਿਹੜੇ MP ਦਾ MP ਸੀਗੇ, ਉਹ ਡੈਥ ਹੋ ਗਈ ਉਹਨਾਂ ਦੀ, ਉਹਨਾਂ ਦੇ ਨਾਲ ਮੈਂ ਕੰਮ ਕਰਦਾ ਸੀ ਐਜ ਏ ਲੀਗਲ ਐਡਵਾਈਜ਼ਰ। ਅਤੇ ਉਸ ਤੋਂ ਬਾਅਦ ਫਿਰ ਮੈਂ ਹੋਮ ਆਫਿਸ ਚਲ ਗਿਆ ਇਮੀਗ੍ਰੇਸ਼ਨ ਡਿਪਾਰਟਮੈਂਟ 'ਚ। ਜਿਹੜੇ ਇਹ ਕਿਹੜੇ ਸਾਲ ਦੀ ਗੱਲ ਹੈ ਹੋਮ ਆਫਿਸ ਦੀ? ਇਹ ਹੈਗੀ ਆ 1981 ਦੀ। ਉਸ ਤੋਂ ਬਾਅਦ ਮੈਂ ਜਾਣੀ ਕਿ ਜਿਹੜੇ ਕੇਸਿਸ ਜਿੱਦਾਂ ਹੁਣ ਮਤਲਬ ਤੁਹਾਡੇ ਇੱਥੋਂ ਇੰਡੀਆ ਤੋਂ ਕੇਸਿਸ ਰਿਲੀਜ਼ ਹੁੰਦੇ ਆ ਇੰਟੀਗ੍ਰੇਸ਼ਨ ਆਫਿਸਰ ਦਿੱਲੀ ਵਾਲੇ, ਉਹ ਜਾਂਦੇ, ਉਹ ਮੈਂ ਕੇਸ ਲੜਦਾ ਹੁੰਦਾ ਸੀ। ਵੈਰੀ ਗੁੱਡ। ਅੱਛਾ। ਉਸ ਤੋਂ ਬਾਅਦ ਮੈਨੂੰ ਉਹਨਾਂ ਦੀ ਨਾ ਜਿਹੜੀ ਹੋਮ ਆਫਿਸ ਦੀ ਕਮੇਟੀ ਸੀ ਉਹਨਾਂ ਨੇ ਮੈਨੂੰ ਵਾਈਸ ਚੇਅਰਮੈਨ ਬਣਾ ਦਿੱਤਾ ਫਿਰ। ਅੱਛਾ। ਮੈਂ ਫਿਰ ਤਾਂ ਚੈੱਕ ਕਰਨ ਵੀ ਆਉਂਦਾ ਰਿਹਾ ਦਿੱਲੀ। ਕਾਫੀ ਮੈਂ ਵੈਸੇ ਉਦੋਂ ਵੀ ਐਕਟਿਵ ਸੀਗਾ ਲਾਅ ਸੈਂਟਰ 'ਚ, ਹੋਰ ਮੈਂ ਔਰਗਨਾਈਜੇਸ਼ਨ ਵਿੱਚ ਕਾਫੀ ਇਨਵੋਲਵ ਸੀਗਾ, ਜਿੱਦਾਂ ਚੇਅਰ ਆਫ ਲਾਅ ਸੈਂਟਰ, ਕਮਿਊਨਿਟੀ ਰਿਲੇਸ਼ਨ ਕਾਉਂਸਲ, ਵਿਕਟਿਮ ਸਪੋਰਟ ਸਰਵਿਸਿਸ, ਇਹਨਾਂ ਇੱਥੇ ਇਹਦੇ ਵਿੱਚ ਵੀ। ਉਸ ਤੋਂ ਬਾਅਦ ਫਿਰ ਮੈਂ ਆਸਟ੍ਰੇਲੀਆ ਚਲਾ ਗਿਆ। ਅਤੇ ਆਸਟ੍ਰੇਲੀਆ 'ਚ ਮੈਂ 83 'ਚ ਗਿਆ ਅਤੇ 4 ਸਾਲ ਮੈਂ। ਤੁਹਾਡੀ ਨੌਕਰੀ ਤਾਂ ਚੰਗੀ ਭਲੀ ਸੀ ਉੱਥੇ, ਚੰਗਾ ਦਬਦਬਾ ਸੀ, ਫਿਰ ਆਸਟ੍ਰੇਲੀਆ ਕਿਉਂ ਜਾਣਾ ਪੈ ਗਿਆ? ਮੈਂ ਤਾਂ ਸੀ, ਮੈਂ ਕਹਿੰਦੇ ਸੀ ਕਿ ਮਤਲਬ ਆਸਟ੍ਰੇਲੀਆ ਕੰਟਰੀ ਬੈਟਰ ਆ। ਅੱਛਾ। ਇੰਗਲੈਂਡ ਤੋਂ ਬੰਦੇ ਕਾਫੀ ਜਾ ਰਹੇ ਸੀ ਉਦੋਂ, ਮੈਂ ਵੀ, ਮੈਂ ਕਿਹਾ ਚਲੋ ਮੈਂ ਉੱਥੇ ਚਲ ਗਿਆ। ਫੈਮਿਲੀ ਸਮੇਤ ਗਏ ਸੀ? ਨਹੀਂ, ਇਕੱਲੇ ਗਏ ਸੀ। ਮੈਂ ਹਰ ਸਾਲ ਆਉਂਦਾ ਹੁੰਦਾ ਸੀ ਵਾਪਸ। ਅੱਛਾ। ਤੇ ਉੱਥੇ ਯਾਨੀ ਕਿ ਉੱਥੇ ਵੀ ਮੈਂ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਐਂਡ ਐਥਨਿਕ ਅਫੇਅਰਸ ਕੰਮ ਕਰਦਾ ਸੀ ਉੱਥੇ ਆਸਟ੍ਰੇਲੀਆ ਵੀ। ਗੁੱਡ ਗੁੱਡ। ਤੇ 4 ਸਾਲ ਮੈਂ ਕੰਮ ਕੀਤਾ, ਫਿਰ ਮੈਂ ਵਾਪਸ ਆ ਗਿਆ। ਹਾਂਜੀ। ਫਿਰ ਮੈਂ ਇਮੀਗ੍ਰੇਸ਼ਨ ਡਿਪਾਰਟਮੈਂਟ 'ਚ ਲੱਗ ਗਿਆ ਕਿ ਇੰਗਲੈਂਡ। ਤੇ ਉਸ ਤੋਂ ਬਾਅਦ ਫਿਰ ਮੈਨੂੰ ਜੋਬ ਮਿਲ ਗਈ ਇੱਥੇ ਹਾਊਸਿੰਗ ਬੋਰਡ 'ਚ, ਮੈਂ ਡਿਪਟੀ ਡਾਇਰੈਕਟਰ ਲੱਗ ਗਿਆ। ਅਤੇ ਉਹਦੀ ਸੇਮ ਟਾਈਮ ਮੈਨੂੰ ਚੇਅਰਮੈਨ ਟ੍ਰਾਈਬਿਊਨਲ ਦਾ ਮੈਨੂੰ ਉਹਨਾਂ ਨੇ ਇਲੈਕਟ ਕਰ ਲਿਆ 8 ਬੋਰਜ ਦਾ। 8 ਬੋਰਜ ਮੀਨਸ 8 ਡਿਸਟ੍ਰਿਕਟ। ਲੰਡਨ ਦੇ ਵਿੱਚ 33 ਡਿਸਟ੍ਰਿਕਟ ਆ ਟੋਟਲ। ਅਤੇ ਮੈਂ ਲੰਡਨ ਨੌਰਥ ਵੈਸਟ ਪਹਿਲਾ ਏਸ਼ੀਅਨ ਸੀਗਾ ਜਿਹੜਾ ਕਿ ਮੈਂ 8 ਡਿਸਟ੍ਰਿਕਟ ਨੂੰ ਤੁਸੀਂ ਕੰਟਰੋਲ ਕਰਦੇ। ਬਹੁਤ ਮਾਣ ਵਾਲੀ ਗੱਲ ਹੈ। ਬਹੁਤ ਅੱਛੀ। ਤੁਸੀਂ ਫਿਰ ਬਾਕੀ ਵੀ ਦੱਸਿਆ, ਤੁਸੀਂ ਇੰਗਲੈਂਡ ਗੌਰਮੈਂਟ 'ਚ ਹੋਮ ਵਿੱਚ ਐਡਵਾਈਜ਼ਰ ਵੀ ਰਹੇ, ਉਹ ਕਿਹੜੇ ਕਿਹੜੇ ਡਿਪਾਰਟਮੈਂਟ ਸੀਗੇ? ਮਤਲਬ ਹੋਮ ਆਫਿਸ ਦੇ ਵਿੱਚ ਜਿੱਦਾਂ ਪਾਲਿਸੀ ਮੇਕਿੰਗ ਸੀ। ਪਾਲਿਸੀ ਮੇਕਿੰਗ, ਹਾਂਜੀ, ਕਿਉਂਕਿ ਏਸ਼ੀਅਨ ਲੋਕਾਂ ਲਈ ਪਾਲਿਸੀ ਮੇਕਿੰਗ ਜਨਰਲ। ਜਨਰਲ, ਅੱਛਾ ਜੀ। ਮੈਂ ਮੇਰੀ ਆਪਣੀ ਜੋਬਾਂ ਜਿਹੜੀ ਸੀ ਨਾ ਉਹ ਸਪੈਸ਼ਲੀ ਉਹਦੇ ਵਿੱਚ ਹੀ ਸੀਗੀਆਂ ਜਿਹੜੀਆਂ ਇੰਗਲੈਂਡ ਦੇ ਵਿੱਚ ਲੋਕਾਂ ਦੇ ਵਿੱਚ ਜਿੱਦਾਂ ਮੇਨ ਸਟ੍ਰੀਮ 'ਚ ਸੀ। ਅੱਛਾ, ਮੇਨ ਸਟ੍ਰੀਮ 'ਚ। ਗੁੱਡ ਗੁੱਡ। ਅੱਛਾ, ਇਹ ਹੁਣ ਜਿਹੜਾ ਤੁਸੀਂ ਐਡਵਾਈਜ਼ਰ, ਆਪਣੇ ਐਡਵਾਈਜ਼ਰੀ ਸਰਵਿਸ ਦੇ ਡਾਇਰੈਕਟਰ ਹੋ, ਇਹਦੇ ਵਿੱਚ ਕੀ ਤੁਹਾਡਾ ਜੋਬ ਪ੍ਰੋਫਾਈਲ ਹੁੰਦਾ, ਕੀ ਲੋਕਾਂ ਨੂੰ ਗਾਈਡ ਕਰਦੇ ਹੋ? ਇਹਦੇ ਵਿੱਚ ਇਹ ਆ ਕਿ ਸਾਡੇ ਇੰਗਲੈਂਡ ਦੇ ਵਿੱਚ ਲੋਕਾਂ ਨੂੰ ਜਿੱਦਾਂ ਸੋਸ਼ਲ ਪ੍ਰੋਬਲਮਸ, ਉੱਥੇ ਸੋਸ਼ਲ ਸਿਕਿਉਰਿਟੀ ਪ੍ਰੋਬਲਮਸ, ਇੰਪਲਾਇਮੈਂਟ ਪ੍ਰੋਬਲਮਸ ਜਿਹੜੇ ਸਾਡੇ ਇੰਡੀਅਨ ਲੋਕਾਂ ਨੂੰ। ਅੱਛਾ, ਗੁੱਡ ਗੁੱਡ। ਮੈਂ ਉਹਨਾਂ ਨੂੰ ਫ੍ਰੀ ਐਡਵਾਈਸ ਕਰਦਾ। ਅੱਛਾ, ਫ੍ਰੀ ਐਡਵਾਈਸ। ਸਮ ਟਾਈਮ ਜੇ ਮੇਰੇ ਕੋਲ ਟਾਈਮ ਹੋਵੇ ਮੈਂ ਫ੍ਰੀ, ਦਿਸ ਇਜ਼ ਏ NGO ਟਾਈਪ ਹੈ। ਹਾਂ, NGO ਟਾਈਪ। ਹਾਂਜੀ। ਇਹਦੇ ਵਿੱਚ ਕੋਈ ਕੋਈ ਕਿਸੇ ਦਾ ਪੈਸਾ ਨਹੀਂ ਲੱਗਦਾ। ਅਤੇ ਉਹਨਾਂ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਹੁੰਦੀਆਂ ਉਹ ਮੈਂ ਕਿਸੇ ਕੋਲ, ਮੈਨੂੰ ਛੁੱਟੀ ਲੱਗ ਵੀ ਜਾਣਾ ਪੈਂਦਾ। ਅੱਛਾ। ਮੈਂ ਫ੍ਰੀ ਕਰਕੇ ਆਉਂਦਾ। ਮੰਨ ਲਓ ਕੋਈ ਇੰਡੀਅਨ ਬੰਦਾ ਹੈਗਾ, ਕਈ ਵਾਰੀ ਕਈ ਇੱਥੇ ਖਾਸ ਤੌਰ 'ਤੇ ਸੋਸ਼ਲ ਪ੍ਰੋਬਲਮ, ਬਾਹਰੋਂ ਇੰਗਲੈਂਡ, ਕਨੇਡਾ, ਅਮਰੀਕਾ ਤੋਂ ਬੰਦੇ ਆਉਂਦੇ ਆ ਇੱਥੇ ਲੜਕੀਆਂ ਨਾਲ ਸ਼ਾਦੀ ਕਰਾ ਕੇ ਦੌੜ ਜਾਂਦੇ ਫਿਰ ਆਉਂਦੇ ਨਹੀਂ, ਕੋਈ ਇੱਦਾਂ ਦੀ ਵੀ ਇੰਡੀਅਨ ਲੋਕਾਂ ਨੂੰ ਕੰਸਲਟੇਸੀ ਦੇ ਸਕਦੇ? ਮੈਂ ਜਸ ਮੈਂ ਇਹ ਹਲੇ ਹੁਣ ਰੀਸੈਂਟਲੀ ਮੈਂ ਸੈਟਅਪ ਹੋਈ ਹੈ। ਹਾਂਜੀ। ਮਤਲਬ
ਸਤੰਬਰ ਸਤੰਬਰ ਚ ਹੋਈ 10 ਸਤੰਬਰ ਨੂੰ ਅੱਛਾ ਜੀ ਹੁਣ ਇਹ ਵੀ ਮੈਂ ਸੋਚ ਰਿਹਾ ਕਿਉਂਕਿ ਮੈਂ ਦੇਖਦਾ ਇੱਥੇ ਆ ਕੇ ਕੋਈ ਮੈਂ ਤਾਂ ਇੱਥੇ ਆਉਂਦਾ ਇੱਥੇ 10 12 ਹਜ਼ਾਰ 15 ਹਜ਼ਾਰ ਲੜਕੀਆਂ ਬੜੇ ਖੂਬਸੂਰਤ ਵਿਚਾਰੀਆਂ ਜਿਹੜਾ ਉਹਨਾਂ ਦੇ ਹਸਬੈਂਡ ਤੋਂ ਬਾਹਰ ਚੱਲ ਗਏ ਤੇ ਉਹ ਇੱਥੇ ਕਈਆਂ ਦੇ ਤਾਂ ਬੱਚੇ ਵੀ ਹੋਏ ਹੋਏਗੇ ਨਹੀਂ ਨਹੀਂ ਐਕਸਪਲੋਇਟੇਸ਼ਨ ਬਹੁਤ ਹੋ ਰਹੀ ਆ ਪਹਿਲੀ ਗੱਲ ਤਾਂ ਮੈਂ ਦੇਖੋ ਜੇ ਐਡਵਾਈਸ ਕਰੂੰਗਾ ਜਿਹੜੇ ਵੀ ਇੱਥੇ ਲੜਕੇ ਹੋਣ ਜਾਂ ਲੜਕੀਆਂ ਹਾਂਜੀ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਉਹਨਾਂ ਨੂੰ ਪ੍ਰੋਪਰ ਦੇਖਣਾ ਚਾਹੀਦਾ ਕਿ ਉੱਥੇ ਬੱਚੇ ਕੀ ਕਰਦੇ ਆ ਇਹ ਨਹੀਂ ਕਿ ਲੜਕਾ ਭੇਜ ਦਿਓ ਜਾਂ ਲੜਕੀ ਭੇਜ ਦਿਓ ਲੇਕਿਨ ਉੱਥੇ ਜਿੰਨੀ ਐਕਸਪਲੋਇਟੇਸ਼ਨ ਹੋ ਰਹੀ ਆ ਮੈਂ ਦੇਖ ਰਿਹਾ ਤੇ ਉਹ ਇੱਥੇ ਬੰਦਿਆਂ ਨੂੰ ਨਹੀਂ ਪਤਾ ਕਿਉਂਕਿ ਮੈਂ ਉੱਥੇ ਦੇਖ ਰਿਹਾ ਅੱਗੇ ਵੀ ਗੱਲ ਕਹਿ ਚੁੱਕਾ ਕਿ ਇਹ ਕੰਮ ਜਿਹੜਾ ਆ ਇਹ ਸੋਚ ਸਮਝ ਕੇ ਕਰਨਾ ਚਾਹੀਦਾ ਔਰ ਇਹ ਮੈਂ ਕੋਸ਼ਿਸ਼ ਇਹਦੇ ਵਿੱਚ ਮੈਂ ਕਰਨਾ ਕਿ ਜਿਹੜੀ ਇੱਥੇ ਕੇਸਿਸ ਆ ਕਿਉਂਕਿ ਮੈਂ ਕੋਰਟ 'ਚ ਆਉਣਾ ਇੱਥੇ ਦੇਖਦਾ ਤੋ ਮੈਂ ਇੱਥੇ ਵੀ ਐਡਵੋਕੇਟ ਹਾਂ ਰਜਿਸਟਰਡ ਹਾਂ ਤੇ ਮੈਂ ਇੱਥੇ ਪ੍ਰੋਫੈਸਰ ਵੀ ਹਾਂ ਲਾਗਪੁਰ ਖਾਲਸਾ ਵਿਜ਼ਿਟਿੰਗ ਪ੍ਰੋਫੈਸਰ ਲਾਅ ਦਾ ਤੇ ਇਸ ਮੈਂ ਆਉਂਦਾ ਜਾਂਦਾ ਰਹਿੰਦਾ ਤੇ ਮੈਂ ਚਾਹੂੰਗਾ ਕਿ ਇਹ ਜਿਹੜੀਆਂ ਪ੍ਰੋਬਲਮਾਂ ਆ ਕਿਉਂਕਿ ਇੱਥੇ ਵਕੀਲ ਬਹੁਤ ਪੈਸੇ ਲੈਂਦੇ ਆ ਉਧਰ ਵੀ ਇਹੀ ਹਾਲ ਆ ਮਤਲਬ ਜਦੋਂ ਤੁਸੀਂ ਅਗਲੇ ਵਿਜ਼ਿਟ ਤੇ ਆਓ ਫਿਰ ਆਪਾਂ ਥੋੜਾ ਬਹੁਤਾ ਪਬਲਿਸਾਈਜ਼ ਕਰ ਦਿਆਂਗੇ ਉਹ ਜਿਹੜੇ ਜਿਹਨੂੰ ਕੋਈ ਪ੍ਰੋਬਲਮ ਹੋਵੇ ਤੁਹਾਨੂੰ ਇੱਥੇ ਮਿਲ ਸਕਦੇ ਜਲੰਧਰ ਚ ਕਿਉਂਕਿ ਮੈਂ ਦੇਖੋ ਮੈਨੇ ਇਮੀਗ੍ਰੇਸ਼ਨ ਦਾ ਜਿਹੜਾ ਮੇਰਾ ਜਿਹੜਾ ਡਾਕਟਰ ਦਾ ਥੀਸਿਸ ਆ ਉਹਦਾ ਇਮੀਗ੍ਰੇਸ਼ਨ ਦੇ ਕੰਪੈਰੀਟਿਵ ਸਟੱਡੀਜ਼ ਆਫ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਲਾਅ ਉਹਦੇ ਕਰਕੇ ਫਿਰ ਮੈਂ ਤਾਂ ਐਡਵਾਈਸ ਦੇ ਸਕਦਾ ਬਹੁਤ ਅੱਛੀ ਗੱਲ ਇਹਨਾਂ ਨੇ ਸ਼ਰਮਾ ਸਾਹਿਬ ਨੇ ਕਹੀ ਹੈਗੀ ਕਿਸੇ ਤਰ੍ਹਾਂ ਦੀ ਕੋਈ ਵੀ ਇਹਨਾਂ ਨੂੰ ਕੰਸਲਟੇਸ਼ਨ ਲੈਣੀ ਹੋਵੇ ਆਪਣੀ ਕੋਈ ਵੀ ਪ੍ਰੋਬਲਮ ਹੋਵੇ ਬਿਲਕੁਲ ਫ੍ਰੀ ਆਫ ਕੋਸਟ ਦੇਣਗੇ ਇਹਦੇ ਨਾਲ ਨਾਲ ਸ਼ਰਮਾ ਸਾਹਿਬ ਬਾਹਰਲੇ ਲੋਕ ਜਿਹੜੇ ਹੈਗੇ ਆ ਜਿਹੜੇ ਸਾਡੇ ਇੰਡੀਅਨ ਲੋਕ ਬਾਹਰ ਹੈਗੇ ਆ ਇੰਗਲੈਂਡ ਕਨੇਡਾ ਅਮਰੀਕਾ ਉਹ ਪੰਜਾਬ ਲਈ ਜਾਂ ਇੰਡੀਆ ਦੀ ਪੋਲੀਟਿਕਸ ਲਈ ਰਾਜਨੀਤੀ ਵਿੱਚ ਬੜਾ ਐਕਟਿਵ ਉਹ ਉਹਨਾਂ ਦੀ ਦਿਲਚਸਪੀ ਹੁੰਦੀ ਹੈਗੀ ਆ ਹੁਣ ਇਲੈਕਸ਼ਨ ਵੀ ਥੋੜ੍ਹੀ ਦੇਰ ਤਾਂ ਹੀ ਡਿਊ ਹੈਗੀ ਆ ਇਹ ਇੰਗਲੈਂਡ ਦੇ ਲੋਕਾਂ ਦੀ ਕਿੱਦਾਂ ਦੀ ਰਾਜਨੀਤੀ ਹੈ ਇੰਡੀਆ ਵਿੱਚ ਕਿੱਦਾਂ ਦੀ ਸਰਗਰਮੀ ਹੈਗੀ ਦੇਖੋ ਸਪੈਸ਼ਲੀ ਪੰਜਾਬ ਵਾਸਤੇ ਜਿਹੜੇ ਪੰਜਾਬੀ ਆ ਉਹ ਬੜੇ ਇੰਟਰਸਟਿਡ ਆ ਪੰਜਾਬ 'ਚ ਸਾਫ਼ ਸੁਥਰੀ ਗੌਰਮੈਂਟ ਆਵੇ ਤੇ ਬੰਦਿਆਂ ਦੇ ਕੰਮ ਹੋਣ ਜਿਹੜੀਆਂ ਪ੍ਰੋਬਲਮਾਂ ਉਹਨਾਂ ਨੂੰ ਆਉਂਦੀਆਂ ਕਿਉਂਕਿ ਜਦੋਂ ਵੀ ਆਉਂਦੇ ਆ ਇੱਥੇ ਕਈ ਪ੍ਰੋਬਲਮ ਹੁੰਦੀ ਇਸ ਕਰਕੇ ਚਾਹੁੰਦੇ ਹਾਂ ਜਿੱਦਾਂ ਮੈਂ ਵੀ ਕਾਫ਼ੀ ਐਕਟਿਵ ਹਾਂ ਉੱਥੇ ਮੈਂ ਦੇਖੋ ਲੇਬਰ ਪਾਰਟੀ ਦਾ ਮੈਂ ਚੇਅਰਮੈਨ ਹਾਂ ਮੇਰੀ ਵਾਈਫ ਲੇਬਰ ਪਾਰਟੀ ਦੇ ਚੇਅਰਮੈਨ ਮੈਂ ਮੇਰੀ ਵਾਈਫ ਵੀ ਲੇਬਰ ਕੌਂਸਲਰ ਆ ਨਾਲੇ ਡਿਪਟੀ ਐਜੂਕੇਸ਼ਨ ਕੈਬਨਿਟ ਮੈਂਬਰ ਆ ਉਹਦੀ ਸੈਕਿੰਡ ਟਰਮ ਆ ਤੇ ਅਸੀਂ ਬੇਸਿਕਲੀ 30-35 ਸਾਲ ਤੋਂ ਮੈਂ ਕਾਫ਼ੀ ਕਿਉਂਕਿ ਮੈਂ ਜੋਬਾਂ ਹਾਇਰ ਕਰਦਾ ਸੀ ਉਹਦੇ ਵਿੱਚ ਮੈਂ ਪੋਲੀਟੀਕਲੀ ਐਕਟਿਵ ਨਹੀਂ ਹੋ ਸਕਦਾ ਸੀ ਓ ਅੱਛਾ ਅੱਛਾ ਇਹ ਨਹੀਂ ਪ੍ਰੋਬਲਮ ਸੀ ਨਾ ਅੱਛਾ ਤੇ ਇਹ ਇੱਕ ਉਹ ਕੋਡ ਆਫ ਕੰਡਕਟ ਹੁੰਦਾ ਹੈ ਯੈਸ ਯੈਸ ਹੁਣ ਮੈਂ ਜਨ ਕੇ ਫ੍ਰੀ ਹਾਂ ਔਰ ਮੈਂ ਐਕਟਿਵਲੀ ਦੇਖ ਰਿਹਾ ਕਿ ਜਿਹੜੇ ਇੱਥੇ ਵੀ ਹੁਣ ਬੀਜੇਪੀ ਅਕਾਲੀ ਤੇ ਜਿਹੜੀ ਵੀ ਮੰਨ ਲਓ ਪਾਰਟੀ ਹੋਊਗੀ ਜਾਂ ਆਪ ਆ ਜਿਹੜੀਆਂ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਮੰਨ ਲਓ ਆਈ ਐਮ ਹੇਅਰ ਬੇਸਿਕਲੀ ਕਿਉਂਕਿ ਲੇਜ਼ਨ ਵਰਕ ਵੀ ਮੈਂ ਕਰਨਾ ਆ ਇੰਗਲੈਂਡ ਅਤੇ ਇੱਥੇ ਦਾ ਇੰਡੀਆ ਦਾ ਉਹ ਵੀ ਇੱਕ ਰੋਲ ਆ ਕਿਉਂਕਿ ਮੈਂ ਵੀ ਐਕਟਿਵਲੀ ਪੋਲੀਟਿਕਸ ਦੇ ਵਿੱਚ ਹੁਣ ਇਨਵੋਲਵ ਹਾਂ ਅਤੇ ਮੈਂ ਵੀ ਅੱਗੇ ਚਾਹੁੰਦਾ ਕਿ ਕੋਈ ਨਾ ਕੋਈ ਪੋਜੀਸ਼ਨ ਲੈ ਲਵਾਂ ਉਹਦੇ ਵਿੱਚ ਪੋਲੀਟਿਕਸ ਦੇ ਵਿੱਚ ਚਲੋ ਪਹਿਲਾਂ ਇੰਗਲੈਂਡ ਦੀ ਪੋਲੀਟਿਕਸ ਕਰਦੇ ਹਾਂ ਸਾਡੇ ਜਿਵੇਂ ਵਰਿੰਦਰ ਸ਼ਰਮਾ ਉੱਥੇ ਐਮ ਪੀ ਆ ਹੋਰ ਵੀ ਜਿਹੜੇ ਹੈਗੇ ਆ ਐਮ ਪੀ ਜਾਂ ਉਹ ਜਿਹੜੇ ਹੈਗੇ ਕੌਂਸਲਰਸ ਵਗੈਰਾ ਹੈਗੇ ਆ ਜਿਹੜੇ ਪੰਜਾਬੀ ਲੋਕ ਕਿੰਨੇ ਕੁ ਉੱਥੇ ਇੱਦਾਂ ਦੇ ਐਕਟਿਵ ਪੋਲੀਟੀਕਲ ਸਰਕਲ ਵਿੱਚ ਹੈਗੇ ਅਤੇ ਉਹ ਵੋਟਿੰਗ ਪੰਜਾਬੀ ਲੋਕਾਂ ਦੀ ਤੁਹਾਨੂੰ ਲੈਣੀ ਪੈਂਦੀ ਕਿ ਜਾਂ ਸਾਰਿਆਂ ਦੀ ਨਹੀਂ ਸਾਰਿਆਂ ਦੀ ਹਾਂਜੀ ਦਰਅਸਲ ਇਸ ਲਈ ਦੇਖੋ ਮੈਂ ਨਹੀਂ ਕਹਿੰਦਾ ਕਿ ਪੋਲੀਟਿਕਸ ਵਿੱਚ ਤੁਸੀਂ ਪੋਜੀਸ਼ਨ ਘੱਟ ਗੋ ਆਜਵੇ ਬੰਦੇ ਕੈਪੇਬਲ ਹੋਣੇ ਚਾਹੀਦੇ ਆ ਔਰ ਕਮਿਟਡ ਹੋਣੇ ਚਾਹੀਦੇ ਆ ਔਰ ਸਾਡੇ ਲੋਕ ਬੰਦਿਆਂ ਵਾਸਤੇ ਹਾਂਜੀ ਪੰਜਾਬੀਆਂ ਦੇ ਲਈ ਉੱਥੇ ਜਿਹੜੀ ਪਾਰਲੀਮੈਂਟ 'ਚ ਆਪਣੀ ਵੋਇਸ ਦੱਸਣ ਕਿ ਉਹਨਾਂ ਦੀ ਆਹ ਪ੍ਰੋਬਲਮ ਹੈ ਆਹ ਜਿੱਦਾਂ ਜਿੱਦਾਂ ਕਨੇਡਾ 'ਚ ਆ ਉਹ ਪ੍ਰਾਈਮ ਮਿਨਿਸਟਰ ਇੱਥੇ ਆਉਂਦਾ ਉਹ ਬੰਦੇ ਮਤਲਬ ਸਾਡੇ ਪੰਜਾਬੀਆਂ ਨੂੰ ਉਹ ਮਿਲਦਾ ਆ ਉੱਥੇ ਇੱਥੇ ਵੀ ਵਿਜ਼ਿਟ ਕਰਦਾ ਲੇਕਿਨ ਤੁਸੀਂ ਪੋਜੀਸ਼ਨ ਲੈ ਕੇ ਉਹਨੂੰ ਕਮ ਸੇ ਕਮ ਉਹਦੀਆਂ ਜਿਹੜੀਆਂ ਕਮਿਟਮੈਂਟਸ ਆ ਜਸਟੀਫਾਈ ਜ਼ਰੂਰ ਕਰ ਮੈਂ ਇਹ ਚੀਜ਼ ਕਰਨਾ ਮੈਂ ਕਿਉਂਕਿ ਨੈਚੁਰਲੀ ਮੇਰੇ ਕੋਲ ਕੁਆਲੀਫਿਕੇਸ਼ਨ ਆ ਐਕਸਪੀਰੀਅੰਸ ਆ ਮੈਂ ਜਾਨੀ ਕਿ ਵੱਡੀਆਂ ਵੱਡੀਆਂ ਜੋਬਾਂ 'ਤੇ ਕੰਮ ਕੀਤਾ ਇਸ ਕਰਕੇ ਔਰ ਮੈਨੂੰ ਕੋਈ ਇਹ ਨਹੀਂ ਹੈਗਾ ਕਿਉਂਕਿ ਮੋਸਟਲੀ ਜਿਹੜੇ ਪੋਲੀਟੀਸ਼ੀਅਨ ਮੈਂ ਦੇਖੇ ਕਈ ਕਿ ਇਹ ਪਾਰਲੀਮੈਂਟ ਦੀ ਜੋਬ ਮਿਲ ਗਈ ਇਹ ਬਣ ਗਿਆ ਪੈਸੇ ਮਿਲਦੇ ਆ ਚੰਗੇ ਮਿਲਦੇ ਆ ਇੰਜੋਏ ਕਰੋ ਅੱਛਾ ਮੈਨੂੰ ਇਹ ਚੀਜ਼ ਦੀ ਕੋਈ ਨਹੀਂ ਹੈਗੀ ਕਿਉਂਕਿ ਮੇਰੇ ਕੋਲ ਪਰਮਾਤਮਾ ਨੇ ਐਜੂਕੇਸ਼ਨ ਦਿੱਤੀ ਆ ਜੋਬਾਂ ਵੀ ਦਿੱਤੀਆਂ ਮੈਨੂੰ ਫਾਈਨੈਂਸ਼ਲੀ ਆਈ ਹੈਵ ਨੋ ਪ੍ਰੋਬਲਮ ਇਸ ਵੇਲੇ ਉੱਥੇ ਇੰਗਲੈਂਡ ਵਿੱਚ ਇੱਕ ਤਾਂ ਲੇਬਰ ਪਾਰਟੀ ਦਾ ਰਿਪ੍ਰੈਜ਼ੈਂਟੇਟਿਵ ਦੂਸਰੇ ਕੰਜ਼ਰਵੇਟਿਵ ਦੇ ਸਰਕਾਰ ਕਿਹੜੀ ਆ ਜਿਹੜੀ ਪ੍ਰਾਈਮ ਮਿਨਿਸਟਰ ਹੈਗੀ ਇਸ ਵੇਲੇ ਉਹ ਕੰਜ਼ਰਵੇਟਿਵ ਅੱਛਾ ਕੰਜ਼ਰਵੇਟਿਵ ਤੁਸੀਂ ਲੇਬਰ ਨਾਲ ਜੁੜੇ ਹੋ ਮੈਂ ਲੇਬਰ ਨਾਲ ਅੱਛਾ ਅੱਛਾ ਤੇ ਲੇਬਰ ਤੇ ਕੰਜ਼ਰਵੇਟਿਵ ਦੀਆਂ ਬੇਸਿਕ ਪਾਲਿਸੀਜ਼ ਦਾ ਕੀ ਫਰਕ ਹੈ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਦਰਸਲ ਕੰਜ਼ਰਵੇਟਿਵ ਪਾਰਟੀ
ਅਮੀਰ ਲੋਕਾਂ ਦੀ ਪਾਰਟੀ ਆ, ਆਮ ਭਾਸ਼ਾ ਵਿੱਚ ਕੀ ਹੈ, ਬਿਜ਼ਨਸਮੈਨ, ਬਿਜ਼ਨਸਮੈਨ ਤੇ ਮੋਸਟਲੀ ਉਹ ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਵੀ ਆ ਉਹਨਾਂ ਦੀ ਓਰੀਐਂਟਡ ਆ। ਅੱਛਾ, ਲੇਬਰ ਜਿਹੜੀ ਮਤਲਬ ਆਮ ਤਬਕਾ, ਆਮ ਤਬਕਾ ਆ, ਬਾਕੀ ਵਰਕਿੰਗ ਕਲਾਸ ਪੀਪਲ ਜਿਹੜੇ ਆ, ਜਿੱਦਾਂ ਇੰਪਲੋਇਰ ਐਕਸਪਲੋਇਟ ਕਰਦੇ ਆ ਇੰਪਲੋਈਜ਼ ਨੂੰ, ਤੇ ਉਹ ਜਿੰਨੇ ਵੀ ਹੁਣ ਇਮੀਗ੍ਰੇਸ਼ਨ ਪਾਲਿਸੀਜ਼ ਆ ਉਹ ਵੀ ਇਹ ਸੋਚਦੇ ਆ ਕਿ ਹਾਂ ਵੀ ਜਿੱਥੇ ਵਰਕ ਵਾਸਤੇ ਬੰਦੇ ਚਾਹੀਦੇ ਤਾਂ ਲਿਆਓ। ਜਿੰਨੇ ਵੀ ਉਹ ਐਕਟ ਇਹਨਾਂ ਦੇ ਇਮੀਗ੍ਰੇਸ਼ਨ ਦੇ ਐਕਟ ਹੋਏ ਆ ਉਹ ਮੋਸਟਲੀ ਉਹ ਲੇਬਰ ਐਡਮਿਨਿਸਟ੍ਰੇਸ਼ਨ ਥੱਲੇ ਹੋਏ ਆ। ਬਹੁਤ ਅੱਛੀ ਗੱਲ, ਠੀਕ ਠੀਕ। ਤੇ 71 ਤੋਂ ਬਾਅਦ ਐਕਟ ਹੋਇਆ 1981, ਮਤਲਬ ਜਿੰਨੇ ਵੀ ਉਹ ਪਾਲਿਸੀਜ਼ ਬਣਦੀਆਂ ਰਹੀਆਂ ਐਕਚੁਅਲੀ ਦੇ ਆਰ ਪ੍ਰੋ ਮਾਈਗ੍ਰੈਂਟਸ। ਬਹੁਤ ਅੱਛੀ ਗੱਲ। ਚਲੋ ਹੁਣ ਆਪਾਂ ਆਪਣੇ ਵਾਪਸ ਦੇਸ਼ ਵਿੱਚ ਆਈਏ ਅਤੇ ਜੇ ਆਪਾਂ ਆਪਣੀ ਸਟੇਟ 'ਤੇ ਦੇਖੀਏ, ਹੁਣ ਇੱਥੇ ਇੱਕ ਪਾਸੇ BJP ਅਕਾਲੀ ਆ, ਇੱਕ ਪਾਸੇ ਕਾਂਗਰਸ ਆ, ਇੱਕ ਪਾਸੇ ਆਪ ਆ ਭਗਵੰਤ ਮਾਨ ਨੇ ਉਹ ਪ੍ਰਧਾਨ ਬਣਾਇਆ ਹੈਗਾ, ਇੱਕ ਪਾਸੇ ਸੁਖਪਾਲ ਖਹਿਰਾ ਜਿਹੜਾ ਪੰਜਾਬੀ ਏਕਤਾ ਪਾਰਟੀ ਆ, ਇੱਕ ਪਾਸੇ ਉਹ ਅਕਾਲੀਆਂ ਵਿੱਚੋਂ ਨਿਕਲੇ ਟਕਸਾਲੀ ਹੈਗੇ ਆ, ਅਤੇ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਵੀ ਆ, ਫਿਰ BSP ਵੀ ਆ। ਇਹ ਮਤਲਬ ਕੁਛ ਅਲਾਇੰਸ ਬਣਨ ਦੀ ਵੀ ਸੰਭਾਵਨਾ ਹੈਗੀ। ਪੰਜਾਬ ਦੀ ਪੋਲੀਟਿਕਸ ਨੂੰ ਜਿਹੜਾ ਹੈਗਾ ਲੋਕ ਸਭਾ ਇਲੈਕਸ਼ਨ ਦੇ ਮੱਦੇਨਜ਼ਰ ਕਿਸ ਐਂਗਲ ਤੋਂ ਤੁਸੀਂ ਦੇਖਦੇ ਹੋ ਇਹ ਸਾਰੇ ਜਿਹੜਾ ਹੈਗਾ ਚੋਣ ਪ੍ਰਕਿਰਿਆ? ਦੇਖੋ, ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਨਾ ਉਹ MLA ਦੀ ਇਲੈਕਸ਼ਨ ਤੋਂ ਬਹੁਤ ਡਿਫਰੈਂਟ ਹੈ। ਹਾਂਜੀ ਹਾਂਜੀ। ਅੱਛਾ, ਲੋਕ ਸਭਾ ਦੇ ਵਿੱਚ ਹੁਣ ਇਸ ਵੇਲੇ 13 ਸੀਟਾਂ, 13 ਸੀਟਾਂ, ਹਾਂਜੀ, 13 ਵਿੱਚੋਂ ਮੇਰਾ ਖਿਆਲ ਇਸ ਵੇਲੇ BJP ਕੋਲ ਤਾਂ ਮੈਨੂੰ ਲੱਗਦਾ 1-2 ਸੀਟਾਂ ਮਿਲ ਗਈਆਂ। ਹਾਂਜੀ ਹਾਂਜੀ। ਅੱਛਾ, ਬਾਕੀ ਅਕਾਲੀਆਂ ਕੋਲ ਕਿੰਨੀਆਂ ਆ ਜਾਂ ਕਾਂਗਰਸ? ਲੱਗਦਾ ਇਸ ਵੇਲੇ ਸਿਚੁਏਸ਼ਨ ਇਹ ਆ ਕਿ ਪੰਜਾਬ ਦੇ ਵਿੱਚ BJP ਅਤੇ ਅਕਾਲੀ ਜੇ ਵਰਕ ਨਹੀਂ ਕਰਨਗੇ ਲੋਕਾਂ ਦੇ, ਜਿਹੜੀ ਕਿ ਹੁਣ ਮਤਲਬ ਲੋਕ ਸੋਚ ਰਿਹਾ ਕਿ ਨਹੀਂ ਜੀ ਇਹ ਪਾਰਟੀ ਹੁਣ ਇੰਨੀ ਚੰਗੀ ਨਹੀਂ ਸਾਡੀ ਪਬਲਿਕ ਵਾਸਤੇ, ਤਾਂ ਫਿਰ ਨੈਚੁਰਲੀ ਕਿਉਂਕਿ ਹੁਣ ਬੈਨੀਫਿਟ ਕਾਂਗਰਸ ਨੂੰ ਜਾ ਸਕਦਾ ਹੈ। ਅੱਛਾ, ਇੱਕ ਗੱਲ ਹੋਰ ਦੱਸੋ, ਆ ਜਿਹੜਾ ਬੇਅਦਬੀਆਂ ਦੇ ਕਾਂਡ ਹੋਏ ਹੈਗੇ ਆ, ਡਰੱਗ ਅਬਿਊਜ਼ ਹੈ ਇੱਥੇ ਕਈ, ਤੁਹਾਨੂੰ ਪਤਾ ਹੈਗਾ ਪਿਛਲੀ ਸਰਕਾਰ ਵੇਲੇ, ਉੱਧਰਲੇ ਜਿਹੜੇ ਪੰਜਾਬੀ ਆ ਲੋਕ ਉਹਨਾਂ ਦੀ ਕੀ ਪ੍ਰਤੀਕਿਰਿਆ ਇੱਦਾਂ ਦੀ ਸਮੱਸਿਆਵਾਂ ਦੀ? ਦੇਖੋ, ਪੰਜਾਬ ਜਿਹੜੇ ਹੁਣ ਮੈਂ ਪੰਜਾਬ ਤੋਂ ਗਿਆ, ਪਿੰਡ ਤੋਂ ਗਿਆ, ਹਾਂਜੀ, ਅਸੀਂ ਚਾਹੁੰਦੇ ਕਿ ਪੰਜਾਬ ਖੁਸ਼ਹਾਲ ਹੋਵੇ। ਹਾਂਜੀ ਹਾਂਜੀ। ਅੱਛਾ, ਜਿਹੜਾ ਹੁਣ ਡਰੱਗਸ ਦਾ ਇੱਥੇ ਚੱਲ ਰਿਹਾ, ਮੈਂ ਖੁਦ ਦੇਖ ਰਿਹਾ ਪਿੰਡਾਂ ਦੇ ਵਿੱਚ ਬੱਚੇ ਜਾਣੀ ਡਰੱਗ ਖਾ ਖਾ ਕੇ, ਉਹਦਾ ਕਾਰਨ ਇਹ ਵੀ ਆ ਕਿ ਉਹਨਾਂ ਨੂੰ ਜੋਬਾਂ ਨਹੀਂ ਮਿਲਦੀਆਂ, ਪੜ੍ਹੇ ਲਿਖੇ ਮੁੰਡੇ MSc MA ਮਤਲਬ ਉਹਨਾਂ ਨੂੰ ਕੋਈ ਜੋਬ ਨਹੀਂ ਮਿਲਦੀ। ਅੱਛਾ, ਉਹਦੇ ਨਾਲ ਨੈਚੁਰਲੀ ਜਿਹੜੇ ਜੰਗ ਬਲੱਡ ਆ ਉਹ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਨੇ ਉਹਨਾਂ ਨੇ, ਉਹਦੇ ਨਾਲ ਇਹਦਾ ਨੁਕਸਾਨ ਬਹੁਤ ਆ। ਇਹ ਇਸ ਕੰਟਰੀ ਦੇ ਛੱਡੋ, ਪੰਜਾਬ ਦਾ ਛੱਡੋ, ਉੱਥੇ ਵੀ ਇਹ ਪ੍ਰੋਬਲਮ ਜਿੱਥੇ ਜਿੱਥੇ ਹੋ ਰਹੀ ਆ, ਜਿਹੜੇ ਬੱਚਿਆਂ ਨਾਲ ਉਹ ਤੁਹਾਨੂੰ ਪਤਾ ਸਾਰੇ ਘਰ ਹੀ ਖਤਮ ਹੋ ਜਾਂਦਾ। ਇਸ ਕਰਕੇ ਮੇਰਾ ਤਾਂ ਇਹੀ ਆ ਕਿ ਸਾਰਿਆਂ ਨੂੰ ਨਸ਼ਿਆਂ ਤੋਂ ਪਰੇ ਰਹਿਣਾ ਚਾਹੀਦਾ, ਕੋਸ਼ਿਸ਼ ਕਰੋ ਪੇਰੈਂਟਸ ਜਾਂ ਜਿੰਨੀ ਵੀ ਇੱਥੇ ਪਬਲਿਸਿਟੀ ਹੋ ਸਕਦੀ ਆ, ਜਿੱਦਾਂ ਤੁਸੀਂ ਅੱਗੇ ਦੂਰਦਰਸ਼ਨ 'ਚ ਕੰਮ ਕਰਦੇ ਰਹੇ ਆ, ਉੱਥੇ ਕੋਈ ਨਾ ਕੋਈ ਬੰਦਾ ਕੋਈ ਬੁਲਾਰਾ ਆਉਂਦਾ ਰਹੇ, ਲੋਕਾਂ ਦੱਸਦਾ ਰਹੇ, ਇਹ ਲੋਕਲ ਲੈਵਲ 'ਤੇ ਕੰਮ ਹੋਣੇ ਠੀਕ। ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਆ ਉੱਥੇ ਲੇਜ ਕਰਨ, ਇਹ ਉੱਥੇ ਕੋਈ ਨਾ ਕੋਈ ਬੱਚਿਆਂ ਵਾਸਤੇ ਜਿਹੜੇ ਜੰਗ ਆ ਉਹਨਾਂ ਵਾਸਤੇ ਕੋਈ ਨਾ ਕੋਈ ਐਸਾ ਕੰਮ ਕਰਨ ਜਿਹੜੇ ਆਕੂਪਾਈ ਰਹਿਣ ਬੰਦੇ। ਅੱਛਾ, ਇੱਕ ਗੱਲ ਹੋਰ ਦੱਸੋ, ਹੁਣ ਇਲੈਕਸ਼ਨਾਂ ਜਿਹੜੀਆਂ ਬੜਾ ਪ੍ਰੋਸੈਸ ਐਕਟਿਵ ਸ਼ੁਰੂ ਹੋਣਾ ਹੈਗਾ, ਸਾਡੇ ਜਿਹੜੇ ਪੋਲੀਟੀਕਲ ਪਾਰਟੀਆਂ ਵਾਲੇ ਵੱਖ ਵੱਖ, ਹੁਣ ਮੈਂ ਕਿਹਦਾ ਨਾਂ ਲਵਾਂ ਕਿਹਦਾ ਨਾਂ ਲਵਾਂ, ਬਾਹਰ ਜਾਂਦੇ ਹੈਗੇ NRI ਨੂੰ ਠੱਕ ਕੇ ਲੈ ਆਉਂਦੇ, NRI ਵੀ ਚੰਗਾ ਪੈਸਾ ਦੇ ਦਿੰਦੇ ਹੈਗੇ, ਉਹ ਬਾਅਦ ਵਿੱਚ NRI ਫੀਲ ਕਰਦੇ ਵੀ ਜਿਵੇਂ ਸਾਡੇ ਨਾਲ ਚੀਟਿੰਗ ਹੋ ਗਈ ਆ, ਗੱਲਾਂ ਕੁਛ ਕਹੀਆਂ ਨਿਕਲਿਆ ਕੁਛ ਵੀ ਨਹੀਂ, ਇਹ ਇਸ ਗੱਲ ਨਾਲ ਸਹਿਮਤ ਹੋ ਕੇ ਨਹੀਂ ਤੁਸੀਂ? ਮੈਂ ਵੈਸੇ ਮੈਂ ਅੱਜ ਕੱਲ੍ਹ ਇਹ ਪਬਲਿਸਾਈਜ਼ ਕਰ, ਮੈਂ ਵੀ ਕਿਉਂਕਿ ਨੈਚੁਰਲੀ ਸਾਨੂੰ ਪੰਜਾਬ ਨਾਲ ਪਿਆਰ ਆ, ਲੋਕ ਇੱਥੇ ਰਹੇ ਆ, ਇੱਥੋਂ ਗਏ ਆ, ਹੁਣ ਜਿਹੜੇ ਕੋਈ ਲੀਡਰ ਜਾਂਦਾ ਕੋਸ਼ਿਸ਼ ਕਰਦੇ ਆ ਕਿ ਚਲੋ ਜੀ ਇਹਦੀ ਪ੍ਰੋਪਰ ਜਿੰਨੇ ਕੋਈ ਪੈਸਾ ਧੇਲਾ ਸਾਰੇ ਮਦਦ ਕਰਦੇ, ਪਬਲਿਸਿਟੀ ਵੀ ਕਰੋ, ਫੰਕਸ਼ਨ ਕਰੋ, ਲੋਕਾਂ ਨੂੰ ਸੱਦੋ, ਅਗਲੇ ਦਾ ਮਤਲਬ ਤਾਂ ਕਿ ਇੱਜ਼ਤਮਾਨ ਕਰੋ, ਆਉਣ ਲੱਗੇ ਪੈਸੇ ਵੀ ਦਿਓ, ਪਾਉਣ ਲੱਗੇ ਨੈਚੁਰਲੀ ਉਹ ਹੁਣ ਇਲੈਕਸ਼ਨ ਆ ਤੇ ਉਹਨਾਂ ਨੇ ਹਰ ਕਿਸੇ ਨੂੰ ਕਹਿਣਾ ਕਿ ਦੇਖੋ ਸਾਡੀ ਹੈਲਪ ਕਰੋ। ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਹੁਣ ਕਹੂੰਗਾ, ਮੈਂ ਵੀ ਇਹ ਕੁਛ ਕਰਦਾ ਰਿਹਾ, ਲੇਕਿਨ ਜਦੋਂ ਤੁਸੀਂ ਉੱਥੋਂ ਇੱਥੇ ਆਉਂਦੇ ਆ ਪੰਜਾਬ 'ਚ ਤੇ ਉਹ ਤੁਹਾਨੂੰ ਬੰਦੇ ਲੱਭਦੇ ਨਹੀਂ, ਉਹੀ ਤਾਂ ਮੇਰਾ ਕੁਐਸਚਨ ਕਰਨ ਦਾ ਮਤਲਬ ਸੀ, ਉੱਥੇ ਤਾਂ ਤੁਹਾਨੂੰ ਸਭ ਜਵਾਬ ਦਿਖਾ ਕੇ ਆ ਜਾਂਦੇ ਆ, ਹੁਣ ਜੇ ਤੁਸੀਂ ਕਿਸੇ ਨੂੰ ਫੋਨ ਕਰੋ ਤੁਹਾਨੂੰ ਮਿਲਦੇ NRI ਨੂੰ ਕਿ ਨਹੀਂ ਮਿਲਦੇ? ਕੋਈ ਨਹੀਂ ਮਿਲਦਾ ਹੈਗਾ। ਚਲੋ, ਇਹੋ ਮੇਰਾ ਪਰਪਸ ਸੀ ਵੀ ਇਹਨਾਂ ਦੇ ਝੂਠੇ ਝਾਂਸੇ ਵਿੱਚ ਨਾ ਪਾਓ, ਆਪਣੇ ਰਾਈਟ ਕੈਂਡੀਡੇਟ ਨੂੰ ਪਹਿਚਾਣੋ। ਬਿਲਕੁਲ ਕੈਪੇਬਲ, ਮੈਂ ਤਾਂ ਜੀ ਦੇਖੋ ਕਿਉਂਕਿ ਨੈਚੁਰਲੀ ਮੈਂ ਐਜੂਕੇਟਡ ਹਾਂ, ਮੈਂ ਇਹੀ ਚਾਹੁੰਗਾ ਜਿਹੜਾ ਬੰਦਾ ਕੈਪੇਬਲ ਹੋਵੇ, ਕੰਪੀਟੈਂਟ ਹੋਵੇ, ਔਰ ਜਿਹੜਾ ਕਿ
ਰੀਅਲੀ ਲੋਕਾਂ ਦੀਆਂ ਪ੍ਰੋਬਲਮਾਂ ਨੂੰ ਸੋਲਵ ਕਰੇ। ਇਹ ਨਹੀਂ ਕਿ ਤੁਸੀਂ ਲੋਕਾਂ ਨੂੰ ਪੈਸੇ ਲਈ ਜਾਓ, ਕੰਮ ਕਿਸੇ ਦਾ ਕਰੋ ਨਾ, ਪਿੱਛੇ ਫਰਾਈ ਜਾਓ। ਮੈਂ ਇਹ ਚਾਹੁੰਗਾ ਕਿ ਬੰਦੇ ਕਾਬਲ ਹੋਣੇ ਚਾਹੀਦੇ ਜਿੱਥੇ ਵੀ ਹੋਣ। ਬਹੁਤ ਅੱਛੀ ਗੱਲ। ਚਲੋ ਇਹ ਹੁਣ ਜਾਂਦੇ ਜਾਂਦੇ ਆ ਅੱਧਾ ਕੁ ਤਾਂ ਅਸੀਂ ਮੈਸੇਜ ਦਿੱਤਾ ਇੱਕ ਜਿਹੜੀਆਂ ਹੈਗੀਆਂ ਪੰਜਾਬ ਦੇ ਵੋਟਰ ਨੂੰ। ਇੱਥੇ ਤੁਹਾਨੂੰ ਪਤਾ ਵੋਟਾਂ ਲਈ ਪੈਸਾ ਵੀ ਥੋੜ੍ਹਾ ਬਹੁਤਾ ਇਲਜ਼ਾਮ ਲੱਗਦੇ ਰਹਿੰਦੇ ਚੱਲਦਾ ਹੈਗਾ। ਦਾਰੂ ਸਿੱਕਾ ਵੀ ਪਿੰਡਾਂ ਵਿੱਚ ਜਿਹੜਾ ਚੱਲਦਾ ਹੈਗਾ ਵੀ ਵੋਟਰ ਅਲਰਟ ਹੋ ਕੇ ਸਹੀ ਕੈਂਡੀਡੇਟ ਨੂੰ ਵੋਟ ਪਾਵੇ, ਉਹ ਇੱਕ ਮੈਸੇਜ ਜ਼ਰੂਰ ਦੇ ਜਾਂਦੇ ਹਨ। ਮੈਂ ਸਾਰੇ ਵੋਟਰਸ ਨੂੰ ਔਰ ਇਹ ਬਿਲਕੁਲ ਹੰਬਲ ਰਿਕੁਐਸਟ ਕਰਦਾ ਹਾਂ ਕਿ ਤੁਸੀਂ ਦਾਰੂ ਪੈਸਾ ਇਹ ਨਹੀਂ, ਕਿਉਂਕਿ ਤੁਹਾਡੇ ਕੋਲ ਰਾਈਟ ਹੈਗਾ। ਅਗਰ ਤੁਸੀਂ ਕਿਸੇ ਬੰਦੇ ਨੂੰ ਨਹੀਂ ਲਾਈਕ ਕਰਦੇ ਔਰ ਕੋਈ ਬੰਦਾ ਕਾਬਲ ਨਹੀਂ ਹੈਗਾ ਔਰ ਤੁਹਾਡੀ ਹੈਲਪ ਨਹੀਂ ਕਰਦਾ, ਜੇ ਤੁਹਾਨੂੰ ਪ੍ਰੋਬਲਮ, ਦੇਖੋ ਹਰ ਉਹਨੂੰ ਨਾ ਵੋਟ ਪਾਓ, ਉਹਨੂੰ ਵੋਟ ਨਾ ਪਾਓ। ਠੀਕ ਹੈ, ਜਿਹੜਾ ਉਸ ਲੋਟ ਵਿੱਚ ਸਹੀ ਕੈਂਡੀਡੇਟ ਲੱਗਦਾ ਹੈਗਾ ਉਹਨੂੰ ਪਾਓ, ਇਰਰਿਸਪੈਕਟਿਵ ਆਫ ਐਨੀ ਪਾਰਟੀ। ਚਲੋ ਬਹੁਤ ਸੋਹਣੀਆਂ ਗੱਲਾਂ ਤੁਸੀਂ ਸ਼ਰਮਾ ਸਾਹਿਬ ਗੱਲਬਾਤ ਕੀਤੀਆਂ ਹੈਗੀਆਂ। ਮੈਨੂੰ ਉਮੀਦ ਹੈ ਆਪਣੇ ਸਾਡੇ ਪੰਜਾਬ ਦੇ ਦਰਸ਼ਕ ਜਾਂ ਜਿਹੜੇ ਸਾਡੇ ਦਰਸ਼ਕ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰੋਗਰਾਮ ਦੇਖ ਰਹੇ ਹੈਗੇ, ਜ਼ਰੂਰ ਇਹਨਾਂ ਗੱਲਾਂ ਦਾ ਫਾਇਦਾ ਉਠਾਉਣਗੇ। ਦਰਸ਼ਕੋ ਇਸ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹੋ, ਸਬਸਕ੍ਰਾਈਬ ਵੀ ਕਰੋ ਅਤੇ ਆਪਣੇ ਕਮੈਂਟਸ ਵੀ ਦਿਓ। ਅਸੀਂ ਹੋਰ ਅੱਛੇ ਅੱਛੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ।